देख रहे हो दैनिक सवेरा टीवी ते मैं नवदीप सिंह इस वेले खड़े हाँ हलका दसूआ दे विच। इस वेले साढ़े नाल मौजूद ने हलका दसूआ दे विधायक सरदार करमवीर सिंह घुम्मन जी, क्योंकि एक वीडियो बहुत तेजी नाल वायरल हो रही है जिहदे विच टोल प्लाजे विच उन्हां वल्लों बैरीकेडिंग चक्की गई है, ड्रम चक्के जा रहे ने और उन्हां वल बहसबाजी भी हुंदी दिखाई दे रही है टोल प्लाजा दे उत्ते। उस वीडियो के संबंध में गलबात करांगे, की कहना है विधायक करमवीर सिंह घुम्मन दा साडे नाल मौजूद ने। सर की मामला होया सी, वीडियो बहुत तेजी नाल वायरल हो रही है जिहड़ी? असीं कल जलंधर तों आ रहे सीगे जी, उत्थे हर वारी जिहड़े चलांग टोल प्लाजा वाले आम लोगों नाल भी उत्थे गुंडागर्दी करदे, लोगों नाल मिसबिहेव करदे, अग्गे भी बड़ी वारी इत्थे इंसीडेंट होए, सानूं भी बहुत सारियां शिकायतां मिलियां सी। असीं भी उत्थे जदों सवेरे भी लंघ के गए उदों भी इन्हां ने बैरीकेड लगाए सी, उदों भी इन्हां नूं बेनती कीती, इत्थों कई वारी एंबूलेंस लंघदियां ने, कोई आर्मी वाली गड्डियां लंघदियां ने, कोई होर सरकारी गड्डियां जिहड़ियां जरूरी ने जिन्हां नूं जरूरी कम्मां वास्ते जाना पैंदा है, कि इन्हां नूं तुसीं अपना इत्थे परमानेंट कोई बंदा बैरीकेड ते बिठाओ। जिहड़ा 10-10 मिनट बंदे कई वारी खड़े रहिंदे आ, इन्हां ने उदों तो चलो साडी गड्डी लंघाती, आउंदिया वक्त इन्हां दे फिर उत्थे कोई बंदा नहीं सीगा। असीं साडे गनमैन नूं मैं कहा भी तुसीं अपनी इत्थों बैरीकेड परे करो ते आपां इत्थों लंघ जांदे आ। जदों असीं अगों लंघियां ते इन्हां ने अगों जिहड़ा ਬੈਰੀਅਰ ਹੁੰਦਾ ਉਹ ਅੱਗੇ ਲਗਾਤਾ ਉੱਥੇ, ਅਤੇ ਜਦੋਂ ਅਸੀਂ ਇਹਨਾਂ ਨੂੰ ਉੱਤਰ ਕੇ ਪੁੱਛਿਆ ਤਾਂ ਇਹ ਅੱਗੋਂ ਬਦਮਾਸ਼ੀ ਕਰਨ ਲੱਗ ਪਏ ਸਾਡੇ ਨਾਲ, ਕਿ ਅਸੀਂ ਨਹੀਂ ਲੰਘਣ ਦੇਣੀਆਂ ਜਿੱਥੋਂ ਗੱਡੀਆਂ ਜੋ ਆਪਾਂ ਕਰ ਸਕਦੇ ਹਾਂ ਇੱਦਾਂ ਇੱਦਾਂ। ਇਹ ਜਿਹੜਾ ਇਹਨਾਂ ਦਾ ਮਿਸਬਿਹੇਵ ਇਹਨਾਂ ਨੇ ਸਾਡੇ ਨਾਲ ਕੀਤਾ ਆ, ਉਹਦੀ ਆਪਾਂ ਕੰਪਲੇਂਟ ਵੀ ਕਰਾਂਗੇ ਇਹਨਾਂ ਦੇ ਖਿਲਾਫ ਹੁਣ, ਕਿ ਜੋ ਇਹਨਾਂ ਨੇ ਸਾਡੇ ਨਾਲ ਇੱਕ ਜੇ ਸਾਡੇ ਨਾਲ ਇੱਦਾਂ ਕਰਦੇ ਆ ਤਾਂ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ। ਸੋ ਜਿਹੜੀ ਇਹ ਗੁੰਡਾਗਰਦੀ ਹੈ ਟੋਲ ਪਲਾਜੇ ਵਾਲਿਆਂ ਦੀ, ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ, ਜੋ ਇਹ ਆਮ ਲੋਕਾਂ ਨਾਲ ਕਰਨਗੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਤੇ ਤੁਹਾਡੇ 'ਤੇ ਸਵਾਲ ਚੁੱਕਿਆ ਹੈ ਵਿਧਾਇਕ ਸਾਹਿਬ ਵੱਲੋਂ, ਜਿਹੜੀ ਟੋਲ ਪਲਾਜੇ 'ਤੇ ਮਿਸਬਿਹੇਵ ਕੀਤਾ ਗਿਆ ਹੈ ਔਰ ਗੱਡੀਆਂ ਵੀ ਕੱਢੀਆਂ ਗਈਆਂ ਨੇ, ਕਿ ਉਹਨਾਂ ਵੱਲੋਂ ਆਪਣੀ ਗੱਡੀ ਤਾਂ ਕੱਢੀ ਗਈ, ਉਸ ਤੋਂ ਇਲਾਵਾ ਵੀ ਕਾਫੀ ਗੱਡੀਆਂ ਜਿਹੜੀ ਉਹਨਾਂ ਦੀ ਆੜ ਦੇ ਵਿੱਚ ਨਿਕਲ ਗਈਆਂ, ਵਿਧਾਇਕ ਸਾਹਿਬ ਦੀ ਆੜ ਦੇ ਵਿੱਚ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹ ਉੱਥੋਂ ਨਿਕਲ ਗਈਆਂ ਹੋਣਗੀਆਂ ਜੀ, ਉਹਦੇ ਬਾਰੇ ਤਾਂ ਆਪਾਂ ਨਹੀਂ ਚਲੋ ਕਹਿ ਸਕਦੇ, ਉਹ ਜਦੋਂ ਅਸੀਂ ਉੱਥੇ ਖੜ੍ਹੇ ਸੀਗੇ ਉੱਥੋਂ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਸੀ, ਜਦੋਂ ਇਹ ਸਾਡੇ ਨਾਲ ਤੂੰ ਮੈਂ ਕਰ ਰਹੇ ਸੀ, ਸਾਡੇ ਨਾਲ ਬਹਿਸਬਾਜ਼ੀ ਕਰ ਰਹੇ ਸੀ, ਉਦੋਂ ਗੱਡੀਆਂ ਲੰਘੀਆਂ ਹੋਣਗੀਆਂ, ਕੋਈ ਨਾ ਕੋਈ ਜ਼ਰੂਰ ਲੰਘੀਆਂ ਹੋਣਗੀਆਂ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ, ਪਰ ਉਹ ਤਾਂ ਹੁਣ ਜਦੋਂ ਉੱਥੇ 5-7 ਮਿੰਟ ਲੱਗੇ ਆ ਤਾਂ ਉੱਥੋਂ ਜ਼ਰੂਰ ਕੋਈ ਗੱਡੀਆਂ ਲੰਘੀਆਂ ਹੋਣਗੀਆਂ, ਉਹ 'ਚ ਸਾਡਾ ਤਾਂ ਕੋਈ ਕਸੂਰ ਨਹੀਂ, ਕਿਉਂਕਿ ਸਾਰੇ ਟੋਲ ਪਲਾਜੇ ਆਪਣਾ ਜਿਹੜੇ ਗੁੰਡਾ ਸਟਾਫ ਇਹਨਾਂ ਨੇ ਰੱਖਿਆ ਸਾਰੇ ਇਕੱਠੇ ਹੋ ਗਏ ਉੱਥੇ ਸਾਡੇ ਦੁਆਲੇ ਆ ਗਏ ਉੱਥੇ, ਜਿਹੜੇ ਬਹਿਸ ਬਸਾਈ ਵੀ ਹੋਈ ਤੁਹਾਡੇ ਨਾਲ, ਕੋਈ ਹੱਥੋਂ ਪਾਈ ਹੋਈ ਹੋਵੇ ਉੱਥੇ? ਹੱਥੋਂ ਪਾਈ ਨਹੀਂ, ਸਾਡੇ ਨਾਲ ਇਹ ਸਾਡੇ ਦੇ ਨਾਲ ਬਹਿਸ ਬਸਾਈ ਕਰਦੇ ਸੀਗੇ, ਕਿ ਅਸੀਂ ਤਾਂ ਜੀ ਇੱਦਾਂ ਹੀ ਕਰਦੇ ਹਾਂ ਜੀ, ਸਾਡਾ ਉੱਥੇ ਬੰਦਾ ਮੌਜੂਦ ਆ ਜੀ, ਪਰ ਉੱਥੇ ਕੋਈ ਬੰਦਾ ਮੌਜੂਦ ਨਹੀਂ ਸੀਗਾ, ਤੁਸੀਂ ਆਪ CCTV ਕੈਮਰੇ ਵੇਖ ਸਕਦੇ ਹੋ, ਅਸੀਂ ਆਪ ਹਰ ਵਾਰ ਇੱਥੋਂ ਲੰਘਾ ਕੇ ਡਰੰਮ ਵੀ ਅਸੀਂ ਖੁਦ ਪਰੇ ਕੀਤਾ ਜਿਹੜਾ ਇਹਨਾਂ ਦੇ ਪਿੱਛੋਂ ਦੇ ਲੇਨ ਦੇ ਵਿੱਚ ਲਾਇਆ ਹੁੰਦਾ, ਅਤੇ ਬੈਰੀਗੇਟ ਵੀ ਆਪ, ਅਤੇ ਜੀ ਇਹਨਾਂ ਦੇ ਆਪ ਹੀ ਅਸੀਂ ਪਰੇ ਕਰਨੇ, ਤਾਂ ਇਹਨਾਂ ਦੀ ਡਿਊਟੀ ਕਾਹਦੀ ਆ ਜੀ? ਉੱਥੇ ਟੈਕਸ ਬਹੁਤ ਲੈਂਦੇ ਨੇ ਗੱਡੀਆਂ ਦੇ ਟੋਲ ਪਲਾਜ਼ਾ, ਅਕਸਰ ਵੀਡੀਓ ਵੀ ਵਾਇਰਲ ਹੁੰਦੀ ਹੈ, ਕਈ ਵਾਰ ਮਿਸਬਿਹੇਵ ਹੁੰਦਾ ਆਮ ਜਨਤਾ ਦੇ ਨਾਲ। ਹੁਣ ਇੱਕ ਸਰਕਾਰ ਦੇ ਬੰਦਿਆਂ 'ਤੇ ਜਿੱਦਾਂ ਹੁਣ ਤੁਹਾਡੇ ਨਾਲ ਹੀ ਮਿਸਬਿਹੇਵ ਹੋ ਗਿਆ ਵਿਧਾਇਕ ਹੋ ਮੌਜੂਦਾ ਸਰਕਾਰ ਦੇ ਵਿੱਚ, ਪਰ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੀ ਗੁੰਡਾਗਰਦੀ ਵੀ ਜਿਹੜੀ ਦਿਨੋਂ ਦਿਨ ਵੱਧਦੀ ਦਿਖਾਈ ਦੇ ਰਹੀ ਹੈ, ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਕਦਮ ਚੱਕੇ ਜਾਣਗੇ ਜਾਂ ਤੁਹਾਡੇ ਵੱਲੋਂ ਕੀ ਇਹਦੇ ਵਾਸਤੇ ਹੋਏਗਾ ਅੱਗੇ? ਅਸੀਂ ਤਾਂ ਜਿੱਥੇ ਵੀ ਕਿਸੇ ਨਾਲ ਜਿਆਤੀ ਹੁੰਦੀ ਆਪਾਂ ਲੋਕਾਂ ਦੇ ਨਾਲ ਖੜੀਦਾ, ਇਹ ਇਕੱਲਾ ਸਾਡੇ ਨਾਲ ਨਹੀਂ, ਹਰ ਇੱਕ ਬੰਦੇ ਨਾਲ, ਪ੍ਰੈਸ ਵਾਲਿਆਂ ਨਾਲ ਵੀ ਕਰਦੇ, ਕਿਸੇ ਦਾ ਕੋਈ ਕਾਰਡ ਹੁੰਦਾ ਜਿਹਦੇ ਕੋਈ ਪ੍ਰੈਸ ਵਾਲਾ ਉਹਦਾ ਨਹੀਂ ਚਾਹੁੰਦੇ, ਕਈ ਆਰਮੀ ਵਾਲੇ ਬੰਦੇ ਉਹਨਾਂ ਨਾਲ ਮਿਸਬਿਹੇਵ ਕਰਦੇ ਆ, ਹਰ ਬੰਦੇ ਨਾਲ ਇਹਨਾਂ ਦੀ ਆਦਤ ਬਣੀ ਹੋਈ ਆ, ਅਸੀਂ ਰੋਜ਼ ਚੰਡੀਗੜ੍ਹ ਜਾਈਦਾ ਇੱਥੋਂ ਹਰ ਹਫ਼ਤੇ, ਕਿਸੇ ਟੋਲ ਪਲਾਜੇ 'ਤੇ ਕਦੀ ਕੋਈ ਇੱਦਾਂ ਦੀ ਸਾਡੀ ਕੋਈ ਗੱਲਬਾਤ ਨਹੀਂ, ਹਰ ਟੋਲ ਪਲਾਜੇ ਦੇ ਉੱਤੇ ਇੱਕ ਵੱਖਰੀ ਲੇਨ ਬਣੀ ਹੋਈ ਆ, ਜਿੱਥੇ ਐਂਬੂਲੈਂਸ ਲੰਘਣੀ, ਆਰਮੀ ਦੀਆਂ ਗੱਡੀਆਂ ਲੰਘਣੀਆਂ, ਉੱਥੋਂ ਹੀ ਸਾਡੀਆਂ ਗੱਡੀਆਂ ਲੰਘਦੀਆਂ ਨੇ। ਸੋ ਇਹਨਾਂ ਦੇ ਇੱਥੇ ਕੋਈ ਇਹੋ ਜਿਹੀ ਲੇਨ ਨਹੀਂ ਕਿ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਦੇ ਸੀਗੇ ਵੀ ਆਪਣੀ ਤੁਸੀਂ ਲੇਨ ਇੱਥੇ ਵੱਖਰੀ ਬਣਾਓ, ਪਰ ਇਹ ਹਰ ਵਾਰ ਗੁੰਡਾਗਰਦੀ ਕਰਦੇ ਉੱਥੇ। ਗੱਲਬਾਤ ਕੀਤੀ ਹੈ ਵਿਧਾਇਕ ਕਰਮਵੀਰ ਜੀ ਘੁੰਮਨ ਜੀ ਦੇ ਨਾਲ, ਉਹਨਾਂ ਨੇ ਇਸ ਵੀਡੀਓ ਦਾ ਜਿਹੜਾ ਪ੍ਰਤੀਕਰਮ ਦਿੱਤਾ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਟੋਲ ਪਲਾਜ਼ੇ ਵਾਲਿਆਂ ਵੱਲੋਂ ਉਹਨਾਂ ਨਾਲ ਮਿਸਬਿਹੇਵ ਕੀਤਾ, ਉਹਨਾਂ ਨਾਲ ਜਾਂ ਟੋਲ ਪਲਾਜ਼ਾ ਵਾਲਿਆਂ ਵੱਲੋਂ ਗੁੰਡਾਗਰਦੀ ਦਿਖਾਈ ਜਾ ਰਹੀ ਸੀ। ਬਾਕੀ ਸਾਡੇ ਨਾਲ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ ਨਵਦੀਪ ਸਿੰਘ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ, ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ, ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435032321।